ਹਾਂ ਜੀ ਦੱਸੋ ਜੀ ਉਸਤਾਦ ਜੀ ਇਹਦਾ ਜ਼ਰਾ ਬਾਰੇ। ਹਾਂਜੀ ਇਹ ਡੱਬ ਵਾਲਾ ਕਬੂਤਰ ਆ। ਸਹੀ ਇਹ ਆਪ ਜੇਠ 'ਚ ਸੱਤ ਵਜੇ ਬੈਠਾ ਆ ਜਿਹੜਾ ਹੈ। ਸਹੀ ਸਹੀ ਅਤੇ ਇਹਦੇ ਪਰਾਂ ਸ਼ੋਅ ਕਰਾਓ ਜ਼ਰਾ। ਅਤੇ ਬੱਚੇ ਬੁੱਚੇ ਹੁਣ ਤਾਂ ਬਰੀਡਿੰਗ 'ਚ ਪਾ ਲਿਆ ਨਾ ਤੁਸੀਂ? ਹਾਂਜੀ ਦੂਸਰਾ ਵੀ ਪੱਲਾ ਪੰਜੇ ਕਰਾਓ ਜੀ। ਖੂਨੀ ਪੰਜੇ ਭੈਣ ਜੋ ਛੱਡਿਓ ਜ਼ਰਾ। ਇਹਦੇ ਨਾਲ ਦੀ ਮਾਦੀ ਕਿਹੜੀ ਲੱਗੀ ਆ? ਇਹਦੀ ਮਾਦੀ ਆਂਡਿਆਂ ਦੇ ਵਿੱਚ ਹੀ ਹੈ। ਮਾਦੀ ਤਾਂ ਨਰ ਨਾਲੋਂ ਵੀ ਵੱਡੀ। ਮੈਂ ਕਹਿੰਦਾ ਇਹਦਾ ਹੀ ਪੱਠਾ ਵਾ ਨਾ। ਅੱਛਾ ਅੱਛਾ। ਇਹਦਾ ਜਿਹੜਾ ਅਸਲ ਕਬੂਤਰ ਆ ਉਹਦਾ ਪਿਓ ਉਹ ਹੋਰ ਮਾਦੀ ਨਾਲ ਲੱਗਾ, ਉਹ ਵੀ ਡੱਬ ਵਾਲੀ ਆ। ਸਹੀ ਸਹੀ ਛੱਡਿਓ। ਇਹ ਕਿੰਨੇ ਕੁ ਦਾ ਜੋੜਾ ਵਾ? ਇਹ ਜੋੜਾ ਦੱਸੋ ਕਿੰਨੇ ਦਾ? ਇਹ ਜੋੜਾ ਇਕੱਲਾ ਲਓਗੇ ਤਾਂ 50,000 ਦਾ। ਕਿਆ ਬਾਤ ਹੈ ਜੀ। ਛੱਡੋ ਜ਼ਰਾ। ਇਸ ਕਬੂਤਰੀ ਦੇ ਨਾਲ ਇਸ ਕਬੂਤਰ ਦਾ ਵੀ ਬੱਚਾ ਬਹੁਤ ਉੱਡਦਾ। ਕਿੱਥੇ ਗਿਆ ਠੱਲਾ ਵਾਲਾ ਕਬੂਤਰ ਆ ਜਿਹੜਾ ਪਹਿਲੇ ਤੁਸੀਂ ਕਬੂਤਰ ਦੇਖਿਆ ਨਾ, ਉਹ ਇਹਦਾ ਪਿਓ ਆ, ਇਹ ਪੁੱਤਰ ਆ ਇਹਦਾ। ਅੱਛਾ ਅੱਛਾ। ਇਹ ਪਿਓ ਆ ਇਹਦਾ, ਐਸੇ ਹੀ ਕਬੂਤਰੀ ਵੱਡੀ ਨੇ ਜਿਹੜੀ ਹੁਣ ਛੱਡੀ ਹੈ ਨਾ। ਹਾਂਜੀ ਹਾਂਜੀ। ਇਹਦੇ ਨਾਲ ਉਹ ਬੱਚਾ ਵਾ। ਸਹੀ ਸਹੀ। ਮਗਰਬ ਦੀ ਜ਼ਾਨ ਤੱਕ ਉੱਡਿਆ ਆ ਕਬੂਤਰ, ਉਹ ਜਿਹੜਾ ਬੱਚਾ ਇਹਦਾ। ਸਹੀ ਸਹੀ। ਇਹ ਵੀ ਬਹੁਤ ਉੱਡਿਆ ਕਬੂਤਰ। ਹੁਣ ਤੇ ਜੋੜਿਆਂ ਲਈ ਆ। ਹਾਂ ਹੁਣ ਤੇ ਜੋੜਿਆਂ ਲਈ ਵੱਡੇ ਕਬੂਤਰ ਆ ਇਹਦੇ। ਅਸੀਂ ਪੰਜੇ ਕਰਾਓ ਚੱਕ ਦੇ ਛੱਡਿਓ ਜ਼ਰਾ ਜੀ। ਇਹਦੇ ਨਾਲ ਆਹ ਕਮਗ ਆਹ ਡੱਬ ਵਾਲਿਆਂ ਦੀ ਵੱਡੇ ਡੱਬ ਵਾਲੇ ਜੋੜੇ ਦੀ ਪੱਠੀ ਲਾਈ ਆਹ ਜਿਹੜੀ ਆਹ ਘਰ ਦੀ ਪੱਠੀ ਆ। ਸਹੀ ਸਹੀ। ਪਰ ਖੋਲੋ ਤਰਾ ਕਿਆ ਬਾਤ ਛੱਡਿਓ ਉਹ ਬਸ ਮਜਬੂਰੀ ਜਿਹੜੀ ਤੁਹਾਡੀ ਆ ਛਾਤੀ ਬਦਲਣੀ ਹੈ ਨਾ। ਇਹ ਦੋ ਜੋੜੇ ਇਹ ਹੋ ਗਏ। ਹਾਂਜੀ ਇੱਕ ਜੋੜਾ ਆਹ ਵੇਖੋ ਕਿਆ ਬਾਤ ਪੰਜੇ ਛੱਡ ਨਾ ਮਾਦੀ ਲੱਗੀ ਆ ਕਿਹੜੀ ਆਹ ਮਾਦੀ। ਇਹਨਾਂ ਦੇ ਬੱਚਿਆਂ ਦੀ ਪਰਫੋਰਮੈਂਸ ਕੀ ਆ? ਬੱਚੇ ਪਹਿਲਾਂ ਪਰਾਂ ਦੇ ਵਿੱਚ 4-4 ਵਜੇ ਤੋਂ ਘੱਟ ਨਹੀਂ ਪੈਂਦੇ ਇਹਦੇ ਇਹਦੇ। ਹਾਂ ਕਿਆ ਬਾਤ। ਪਰ ਹੁਣ ਪਰਾਂ ਦੋਵਾਂ ਦੀ ਨਾ ਦੋਵਾਂ ਦੀ ਪਰਾਂ ਦੀ ਇੱਕ ਹੀ ਬਣਾਵਟ ਆ ਹਨਾ। ਇਹ ਹੈ ਹੀ ਅਸਲ ਉਹਨਾਂ ਦੇ ਵੱਡੇ ਜੋੜਿਆਂ ਦਾ ਇਹ ਪੱਠੀ ਪੱਠਾ ਵਾ। ਅੱਛਾ ਅੱਛਾ ਸਹੀ। ਇਹ ਉੱਡੇ ਕਬੂਤਰ ਆ ਉਹਨਾਂ ਦੇ। ਉਹਨਾਂ ਨੇ ਕੋਈ ਇਹ ਜੋੜਾ ਮੇਰੇ ਭੇਜਿਆ ਸੀ, ਮੈਂ ਹੁਣ ਤੁਹਾਨੂੰ ਮੈਂ ਦੱਸਾਂ ਤੁਸੀਂ ਮੰਨਣਾ ਹੀ ਨਹੀਂ ਮੈਂ ਕਿੰਨੇ ਦਾ ਲਿਆ। ਹੋਰ ਆਹ ਦਿਖਾਓ ਜ਼ਰਾ ਬਾਂਕੀ ਪੱਠੀ। ਬਾਂਕੀ ਵਾਹ ਜੀ ਬਰੀਕੀ ਚ ਭਰ ਦੇ ਹਨਾ। ਇਹਦੇ ਦੂਸਰੇ ਦਾ ਕਈ ਤਾਂ ਪੱਠੀ ਹੈ। ਹਾਂ ਇਹਦੀ ਅੱਖ ਸ਼ੋ ਕਰਾਓ ਨਾ। ਐਵੇਂ ਨਹੀਂ ਇਹਦੇ ਮਾਂ ਪਿਓ ਦਾ 50,000 ਰੁਪਈਆ ਲੱਗਦਾ। ਛੱਡਿਓ ਅੱਜ ਜਾ ਕੇ ਉਹਨਾਂ ਦਾ ਕਬੂਤਰ ਰਾਤ ਰਿਹਾ ਫੜਿਆ ਸੀ ਅਤੇ ਪੈਸੇ ਕਹਿੰਦੇ ਮੂੰਹੋਂ ਮੰਗ ਲਓ ਦੇ ਦਿਓ। ਅੱਛਾ। ਨਹੀਂ ਦਿੱਤਾ, ਰਾਤ ਰਹਿ ਕੇ ਸਵੇਰੇ ਸਵੇਰੇ ਫੜਿਆ ਸੀ, ਬੁੱਕਿਆ ਪਿਆ ਸੀ ਆਹ ਜਿਹੜਾ ਆਹ। ਵਾਹ ਜੀ ਵਾਹ। ਨੰਬਰ ਆਈ ਠੱਲ ਵੀ ਤਾਂ ਕਹਿੰਦੇ ਹੋ, ਮੈਂ ਜੀ ਤੁਹਾਨੂੰ ਦਿਖਾ ਪਈ ਮੇਰੇ ਕੋਲ। ਅੱਛਾ ਅੱਛਾ ਉਹ ਦਿਖਾਓ ਪਰ ਜ਼ਰਾ ਦੁਬਾਰਾ। ਪੰਜੇ ਛੱਡਿਓ ਪਰ ਇਹਨਾਂ ਕਿਹੜਾ ਨਾਰ ਲੱਗਾ ਇਹਨਾਂ ਜ਼ੀਰਾ ਹੀ।
ਜ਼ੀਰਾ ਹੀ ਛੱਡਿਓ ਉਧਰ ਇਹਨੂੰ ਉਹ ਫੜਿਓ ਜ਼ੀਰਾ ਕਿੱਥੇ ਆ ਉਹ ਵੀ ਲੈ ਪੰਜਾ ਪੰਜਾ ਦੇਖ ਲਾ ਨਾ ਛੱਡ ਦਿਓ ਇਹਦੇ ਬੱਚਿਆਂ ਦੀ ਕੀ ਪਰਫਾਰਮੈਂਸ ਹੈਗੀ ਇਹਦਾ ਬੱਚਾ ਮੇਰੇ ਕੋਲ ਲੈਸ ਆ ਹਾਂਜੀ ਆ ਹੁਣ ਬਾਦੀਆਂ ਦੇ ਵਿੱਚ ਉੱਡਣਾ ਵਾ ਤੁਸੀਂ ਦੇਖ ਲਿਓ ਸਹੀ ਸਹੀ ਆਹ ਜ਼ੀਰਾ ਕਬੂਤਰ ਹੈ ਵੱਡਾ ਇਹਦੇ ਨਾਲ ਮਾਦੀ ਨਾਲ ਜਿਹੜਾ ਲੱਗਾ ਹਾਂ ਇਹ ਸਹੀ ਇਹ ਜ਼ੀਰਾ ਹੀ ਹੈ ਜੋੜਾ ਹੀ ਲੱਗਾ ਅੱਛਾ ਅੱਛਾ ਛੱਡਿਓ ਪੰਜੇ ਦਿਖਾਓ ਛੱਡ ਆਹ ਫੜਕੋ ਜੋੜਾ ਜਿਹੜਾ ਤੇ ਬੱਚਾ ਇਹਨਾਂ ਨੇ ਕੱਢਿਆ ਜਾਂ ਦੂਸਰੇ ਨੇ ਉਹ ਮੋਤੀਆਂ ਵਾਲੇ ਨੇ ਅੱਛਾ ਮੋਤੀਆਂ ਵਾਲੇ ਨੇ ਇਹ ਕਬੂਤਰ ਰਾਣਾ ਵਾ ਉਹ ਮੈਨੂੰ ਕਹਿੰਦਾ ਇਹ ਕਬੂਤਰ ਦੇ ਕਿੰਨੇ ਪੈਸੇ ਲੈਣੇ ਇਕੱਲੀ ਬੰਦੇ ਦੇ ਅੱਛਾ ਅੱਛਾ ਮੈਂ ਕਿਹਾ ਯਾਰ ਮੈਂ ਵੇਚਣੀ ਮੈਂ ਕਿਹਾ ਮੈਂ ਵੇਚਣੀ ਹੀ ਨਹੀਂ ਹੈਗੀ ਪਰ ਦੂਏ ਪੰਜੇ ਦੇ ਕਿਆ ਬਾਤ ਅਫਜ਼ਾਲ ਬੜੇ ਅੰਦਰ ਉਹ ਕੀ ਕਰੀ ਜਾਂਦਾ ਹਾਂ ਕਿਹੜੇ ਹੀ ਹਾਂ ਇਹਦੇ ਨਾਲ ਲੱਖ ਫਰਕ ਰੋਸ਼ ਹੈ ਦੂਆ ਇਹਨੇ ਆ ਪਰ ਲਾਲ ਕਰ ਲੈਣੇ ਆ ਅੱਗੇ ਜਾ ਕੇ ਪੰਜੀ ਛੱਡ ਇਹ ਉਹ ਮੋਤੀਆਂ ਦਾ ਫੜਿਓ ਆ ਵੀ ਪਹਿਲੇ ਦੇਖ ਲਾ ਆ ਵੀ ਕਰਾ ਲਾ ਕਿਆ ਬਾਤ ਹੈ ਆ ਕਰੋ ਪਰ ਚੈੱਕ ਦੂਆ ਹੀ ਪੰਜੀ ਛੱਡਿਓ ਆ ਮਰਦੀ ਨਾਲ ਹਾਂ ਮਰਦੀ ਨਾਲ ਮੋਤੀਆਂ ਵਾਲੀ ਇਹ ਲਾਲ ਮੋਤੀਆਂ ਵਾਲੇ ਵੀ ਕੱਢਦੀ ਹੈ ਲਾਲ ਮੋਤੀਆਂ ਵਾਲੇ ਸਹੀ ਸਹੀ ਦਿਖਾ ਦਿਓ ਜ਼ਰਾ ਪਰ ਦੂਆ ਪਰ ਪੰਜੀ ਛੱਡ ਦਿਓ ਉੱਥੇ ਆਹ ਬੱਚਾ ਇਹਨਾਂ ਦਾ ਆਹ ਬੱਚਾ ਇਹਨਾਂ ਦਾ ਠੀਕ ਹੋ ਗਿਆ ਆਹ ਕਿਹੜੀ ਹੈ ਸਲੇਟਨ ਸਲੇਟਨ ਪਰਾਂ ਦਾ ਸ਼ੌਕ ਆ ਮੈਲੀ ਅੱਖਲੀ ਹੈ ਦੂਏ ਪਰ ਦੂਆ ਪੰਜੇ ਮਜਬੂਰੀ ਦੱਸੋ ਕਿਹੜੀ ਹੈ ਜੀ ਆਪਣੀ ਬਸ ਉਹ ਤੈਨੂੰ ਦੱਸੀ ਹੈ ਜਿਹੜੀ ਮਜਬੂਰੀ ਲਈ ਦੇਣ ਲੱਗਿਆ ਮਜਬੂਰੀ ਤਾਂ ਕੋਈ ਵੀ ਬੰਦਾ ਝੂਠ ਕੱਲ ਹੀ ਮਾਰਨਾ ਹਾਂ ਸਹੀ ਗੱਲ ਆ ਛੱਡਿਓ ਇਹਦਾ ਨਾਂ ਆ ਲੱਗਾ ਕੁੱਤਾ ਮੋਤੀਆਂ ਦਾ ਸਿਆਲ ਕੋਟੀ ਇਹ ਜਿੰਨੇ ਦੇ ਤੁਹਾਨੂੰ ਕਬੂਤਰ ਦੱਸੇ ਆ ਨਾ ਇੰਨੇ ਦੇ ਦੋ ਭਰਾ ਹੀ ਆ ਬਸ ਸਹੀ ਗੱਲ ਹੈ ਸਹੀ ਮਾਸ਼ਾ ਕਬੂਤਰ ਚੰਗੇ 30-30 ਹਜ਼ਾਰ ਰੁਪਏ ਦਾ ਜੋੜਾ ਨਾ ਜੀ ਕੀ 30-30 ਹਜ਼ਾਰ ਦਾ ਤੁਹਾਨੂੰ ਕਿਹਾ ਵਾ ਅਤੇ ਮੇਰਾ ਮਤਲਬ ਇਹ ਲੱਖ ਰੁਪਏ ਦੇ 2 ਲੱਖ ਦੇ ਅਤੇ ਦੋ ਭਰਾ ਹੀ ਆ ਸਹੀ ਸਹੀ ਠੀਕ ਹੋ ਗਿਆ ਨਹੀਂ ਨਹੀਂ ਮਾਸ਼ਾ ਕਬੂਤਰ ਹੈ ਹੀ ਚੰਗੇ ਆ ਦੂਏ ਪੱਲੇ ਚੱਕ ਕਹੋ ਫੈਸਲਾ ਵਾ ਇਹ ਚੁੱਕੇ ਦੇ ਇੱਦਾਂ ਦੇ ਲੱਭ ਜਾਣ ਵਾਹ ਜੀ ਵਾਹ ਦਿਖਾਓ ਜ਼ਰਾ ਪੰਜੇ ਛੱਡਿਓ ਇਹਨੇ ਕਿਹੜਾ ਲੱਗੀ ਮਾਦੀ ਐਸਲੇਟਰ ਇਹ ਵੀ ਮੋਤੀਆਂ ਲਈ ਇਹ ਵੀ ਮੋਤੀਆਂ ਤੇ ਦੋਵੇਂ ਸੱਕੇ ਭਰਾ ਅੱਛਾ ਦਿਖਾਓ ਪਰ ਦੂਆ ਪਰ ਪੰਜੇ ਸਕੇ ਭਰਾਈ ਆ ਸਕੇ ਭਰਾ ਦੋਵੇਂ ਉਹ ਦੋਵਾਂ ਦੇ ਇੱਕੋ ਜਿੱਕੇ ਪੰਜੇ ਤੇ ਦੋਵਾਂ ਨਾਲ ਸਲੇਟਰਾਂ ਹੀ ਲੱਗੀਆਂ ਅੱਛਾ ਇਹ ਵੀ ਇਹਦੇ ਨਾਲ ਹੀ ਲੱਗੀ ਕਾ ਸਲੇਟਰ ਨੂੰ ਬੈਠੀ ਹੋਈ ਆ ਮਾਦੀ ਪਰ
ਦੂਆ ਪੰਜੇ ਕਰਾ ਛੱਡ ਆ ਕਬੂਤਰ ਨਹੀਂ ਦਿਖਾਇਆ ਜਿਹੜਾ ਬੱਚੇ ਜਿਹੜੇ ਦੋ ਆ ਇਹ ਕਿਹੜੇ ਜੋੜੇ ਦੇ ਆ ਇਹ ਆ ਲੱਖੇ ਦੇ ਆ ਸਾਹਮਣੇ ਬੈਠਾ ਇਹਦੇ ਨਾਲ ਦੇ ਅੱਛਾ ਬੱਚੇ ਨਹੀਂ ਦੇਣੇ ਬੱਚੇ ਨਹੀਂ ਦੇਣੇ ਮੈਂ ਦੇ ਤੇ ਕਿਸੇ ਨੂੰ ਅੱਛਾ ਅੱਛਾ ਸਹੀ ਠੀਕ ਹੋ ਗਿਆ ਕਿੰਨੇ ਹੋ ਗਏ ਟੋਟਲ ਜੋੜੇ ਠਹਿਰ ਜਾ ਕਲ ਦੁੰਬਿਆਂ ਦਾ ਵੀ ਥੱਲੇ ਪਿਆ ਕਾਲ ਦੁੰਬੇ ਕਿੱਧਰ ਆਉਂਦੇ ਥੱਲੇ ਹੀ ਨਿਕਲਿਆ ਆ ਦੇਖੋ ਕੁਲਦੁੰਬਾ ਵੈਸੀ ਜੋੜਾ ਹੈ ਬਸ ਆ ਮਜਬੂਰੀ ਨਾ ਦੇਣ ਲੱਗਾ ਮੇਰੇ ਕੋਲ ਬੜੇ ਬੰਦਿਆਂ ਨੇ ਇਕੱਲਾ ਕਬੂਤਰ ਮੰਗਿਆ ਵੀ ਪੈਸੇ ਮੂੰਹ ਕੱਢ ਕਿੰਨੇ ਲੈਣੇ ਸਹੀ ਸਹੀ ਪਰ ਸਹੀ ਕਰਾਓ ਦੂਆ ਪੱਲਾ ਮੈਂ ਕਬੂਤਰ ਦੀ ਲੈਂਥ ਮਿੰਟ ਹੀ ਦੱਸਦੀ ਆ ਪੰਜੇ ਮੋਹਰ ਲੱਗੀ ਹੈ ਨਾ ਸ਼ਾਮ ਨੂੰ ਫੜਿਆ ਸੀ ਮਗਰੋਂ ਦੀ ਜਾਣ ਤੋਂ ਬਾਅਦ ਜਾਲ ਤੇ ਆ ਗਿਰ ਗਏ ਹਾਂ ਨਹੀਂ ਫੜਿਓ ਜ਼ਰਾ ਇਹਦੇ ਨਾਲ ਦੀ ਮਾਦੀ ਫੜੋ ਇਹਦੇ ਨਾਲ ਦੀ ਮਾਦੀ ਠਹਿਰ ਕੇ ਮੈਂ ਤੁਹਾਨੂੰ ਦਿਖਾਉਣਾ ਇੱਥੇ ਵੀ ਆ ਲੈ ਐ ਸੈਲਰ ਤੋਂ ਫੜੀ ਸੀ ਸ਼ਾਮ ਨੂੰ 6 ਵਜੇ ਆ ਜਿਹੜੀ ਹਾਂ ਪੰਜ ਪਰ ਕਰਾਓ ਨਾ ਇਹਦੇ ਚ ਸੈਲਰ ਤੋਂ ਫੜੀ ਸੈਲਰ ਤੋਂ ਫੜੀ ਸੀ ਸ਼ਾਮ ਨੂੰ ਅੱਛਾ ਅੱਛਾ ਛੱਡਿਓ ਇਹਨੂੰ ਕਿੱਧਰ ਨਾਲ ਦਾ ਕਿੱਧਰ ਨਾਲ ਉੱਪਰ ਕਰਿਓ ਇਹਨੂੰ ਇੱਧਰ ਵੈਸ਼ੀ ਆਉਂਦਾ ਜੋੜਾ ਅੱਛਾ ਡੱਬ ਵਾਲੀ ਮਾਦੀ ਦੇ ਉਹ ਆਹ ਬੱਚੇ ਕਿਹੜੇ ਜੋੜੇ ਦੇ ਆ ਅੱਛਾ ਜੀਰਿਆਂ ਦੇ ਸਹੀ 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 ਆਹ ਜੋੜਾ ਹੈਲੋ ਹੈਲੋ ਵਾਲੇਕੁਮ ਸਲਾਮ ਨਹੀਂ ਉਹ ਮਹਿਮਾਨ ਆ ਗਿਆ ਕਬੂਤਰ ਦੇਖਣ ਡਿਆ ਮੈਂ ਵੀਡੀਓ ਬਣਾ ਲਿਆ ਜ਼ਰਾ ਉੱਪਰ ਹਾਂ ਨਾ ਨਾ ਆ ਜਾ ਹੋਇਆ ਡਬਲ ਨੂੰ ਥੱਲੇ ਕਰ ਦਿਓ ਮੇਰਾ ਖਿਆਲ ਕਬੂਤਰ ਦੀ ਵੀਡੀਓ ਨਹੀਂ ਬਣੀ ਹੱਬੀ ਇਹਦੀ ਨਹੀਂ ਬਣੀ ਇਹਦੀ ਬਣਾ ਲਓ ਮੈਂ ਕਿਹਾ ਉਹਦੀ ਬਣਾਈ ਸੀ ਹਾਂ ਹਾਂ ਉਹਦੀ ਬਣਾਈ ਸੀ ਇਹਦੀ ਨਹੀਂ ਸੀ ਬਣਾਈ ਚਲੋ ਕਰਾਓ ਉਹਦਾ ਪਰਾਂ ਸ਼ੋ ਇਹ ਇੱਥੇ ਮੇਰੇ ਕੋਲ ਮਗਰਬ ਦੀ ਅਜ਼ਾਨ ਤੋਂ ਬਾਅਦ ਬਾਹਰ ਬੈਠਾ ਹੈ ਹਾਂ ਇੱਕ ਦਫ਼ਾ ਨਹੀਂ ਕਈ ਦਫ਼ਾ ਅੱਛਾ ਅੱਛਾ ਸ਼ਾਮ ਨੂੰ ਬਹਿ ਕਰ ਜਾਂਦਾ ਰਾਤ ਨਹੀਂ ਰਹਿੰਦਾ ਬਾਹਰ ਕਬੂਤਰ ਬੜੀ ਗੱਲ ਹੈ ਦਿਖਾਓ ਪਾਰੇ ਦੇ ਪੰਜੇ ਵੀ ਦਿਖਾਓ ਇਹਦੇ
ਛੱਡ ਦੋ ਜੋੜਾ ਹੀ ਲੱਗਾ ਹੋਇਆ ਜੋੜਾ ਹੀ ਲੱਗਾ ਸਾਰੇ ਜੋੜੇ ਲੱਗੇ ਆ